ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ, ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ, ਪਿੰਡ ਸਰਾਵਾਂ ਬੋਦਲਾ ਮਲੋਟ ਤਹਿਸੀਲ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਇਹ ਪਿੰਡ ਹੈ ਮਲੋਟ ਦੇ। ਦੋਸਤੋ, ਇਹ ਨੇੜ ਹੀ ਰਹਿ ਜਾਂਦਾ। ਜਿਹੜੇ ਘਰ 'ਚੋਂ ਵੀਡੀਓ ਬਣਾ ਰਹੇ ਹਾਂ, ਬਾਈ ਵਪਾਰ ਦਾ ਕੰਮ ਕਰਦਾ ਅਤੇ ਇਹਦੇ ਕੋਲ ਰੂਟੀਨ 'ਚ ਹੀ ਪਸ਼ੂ ਵਿਕਰੀ ਵਾਲੇ ਹੁੰਦੇ ਆ, ਮੋਸਟਲੀ ਗਾਵਾਂ ਅਤੇ ਕਦੇ ਕਦੇ ਮੱਝ ਵੀ ਆ ਜਾਂਦੀ ਹੈ। ਅੱਜ ਦੀ ਜਿਹੜੀ ਵੀਡੀਓ ਹੈ, ਇਹਦੇ 'ਚ ਨਾਗ 4 ਦਿਖਾਊਂਗਾ। ਅਲੱਗ ਅਲੱਗ ਵੀਰਾਂ ਦੀ ਚੁਆਇਸ ਹੋਊਗੀ, ਮਤਲਬ ਜਿਹੜੇ ਬੂਰੀ ਮੱਝ ਨੂੰ ਚੰਗੇ ਦੁੱਧ ਵਾਲੀ ਨੂੰ ਪਸੰਦ ਕਰਦੇ ਆ, ਅਤੇ ਉਹਨਾਂ ਵਾਸਤੇ ਇੱਕ ਬੂਰੀ ਮੱਝ ਬੜੇ ਖੁੱਲ੍ਹੇ ਡੁੱਲੇ ਢਾਂਚੇ ਦੀ ਹੈ। ਇਹ ਤੋਂ ਬਿਨਾਂ ਇੱਕ ਗਾਂ, ਦੱਸੋ ਜਿਹੜੀ ਗੱਭਣ ਹੈ, ਵੱਡੇ ਕੱਦ ਕਾਠ ਦੀ ਹੈ, ਹੱਥੀਂ ਚੁਆਈ ਵਾਲਾ ਥਣ, ਇਹ ਵੀ ਵਿਕਾਊ ਹੈ। ਗਰਮੀ ਦੀ ਰੁੱਤ ਹੈ, ਕਈ ਵਾਰ ਘੱਟ ਪੇਮੈਂਟ ਇਨਵੈਸਟ ਕਰਨੀ ਹੁੰਦੀ ਹੈ, ਤਾਂ ਥੋੜ੍ਹਾ ਕਰੋਸ ਅੰਗ ਦੇ ਵਿੱਚ ਵਹਿੜ ਖੜੀ ਹੈ। ਇਹ ਵੀ ਫੋਰ ਸੇਲ ਹੈ, ਸਾਫ਼ ਸੁਥਰੀ ਹੈ, ਖਾਸ ਗੱਲ ਇਹ ਹੈ, ਬਾਕੀ ਤੋਰ ਕੇ ਦਿਖਾਵਾਂਗੇ। ਅਤੇ ਜਿਹੜਾ ਵੀਰ ਵੱਛੀ ਖਰੀਦਣੀ ਚਾਹੁੰਦਾ, ਵਾਈਟ ਰੰਗ ਦੀ ਵਾਈਟ ਫੇਸ ਵਾਲੀ ਵੈੜ, ਇਹ ਵੀ ਬਾਈ ਨੇ ਵਿਕਾਊ ਕੀਤੀ ਹੋਈ ਹੈ। ਅੱਜ ਦੀ ਵੀਡੀਓ ਦੇ 4 ਨਗ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ, ਨਗ ਜਿਹੜਾ ਜੱਚ ਗਿਆ ਉਹਦੀ ਤਸੱਲੀ ਤੁਸੀਂ ਕਰੋਗੇ, ਅਤੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ। ਸਾਡਾ ਕੰਮ ਵੀਡੀਓ ਬਣਾਉਣ ਦਾ ਹੈ, ਉਦੋਂ ਬਾਅਦ 'ਚ ਜੋ ਡੀਲ ਹੋਣੀ ਹੈ ਉਹਦੇ 'ਚੋਂ ਜੋ ਤੁਹਾਡਾ ਫਾਇਦਾ ਹੋਣਾ ਜਾਂ ਜਿਵੇਂ ਵੀ ਤੁਸੀਂ ਸੌਦਾ ਕਰੋਗੇ, ਸਿੱਧਾ ਮਾਲਕ ਦੇ ਨਾਲ ਹੋਊਗਾ, ਸਾਡੀ ਇਨਵੋਲਵਮੈਂਟ ਉਹਦੇ 'ਚ ਜਿਹੜੀ ਉਹ ਕੋਈ ਨਹੀਂ ਹੋਊਗੀ। ਸੋ ਆਓ ਆਪਾਂ ਸ਼ੁਰੂਆਤ ਕਰੀਏ। ਦੱਸੋ, ਪਹਿਲਾਂ ਆਪਾਂ ਸ਼ੁਰੂਆਤ ਕਰ ਲੈਂਦੇ ਹਾਂ ਮੱਝ ਤੋਂ, ਲਾਸਟ ਉੱਤੇ ਵਹਿੜ ਦਿਖਾਉਣੀ ਹੈ ਤੁਹਾਨੂੰ। ਮਿਲਦੇ ਹਾਂ ਬਾਈ ਨੂੰ, ਪਹਿਲਾਂ ਬੂਰੀ ਬਾਰੇ ਗੱਲਬਾਤ ਕਰਦੇ ਹਾਂ। ਹਰਮਨ ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਰਮਨ, ਅੱਜ 4 ਨਗ ਦਿਖਾ ਰਹੇ ਹਾਂ। ਹਾਂਜੀ ਵੀਰ, ਪਸ਼ੂ ਗਾਵਾਂ ਹੀ ਲਿਆਉਣੇ ਆ ਕਿ ਮੱਝ ਵੀ ਆਈ ਜਾਂਦੀ? ਗਾਵਾਂ ਵੀ ਆਈ ਜਾਂਦੀਆਂ, ਮੱਝ ਵੀ ਆ ਜਾਂਦੀ, ਚੰਗੀ ਮੈਂ ਲਈ ਆਉਂਦੀ। ਠੀਕ ਹੈ, ਬੂਰੀ ਕਿੰਨਾ ਮਹਿਸੂਸ ਹੋਊਗੀ? ਬੂਰੀ 3ਜਾ ਸਵਾਸ ਹੁੰਦੀ ਆ ਜੀ। ਕਿੰਨਾ ਚਿਰ ਲਓ? 1 ਹਫ਼ਤਾ ਲੈ ਜਾਏਗੀ ਜੀ। ਕੀ ਦੁੱਧ ਦਰਕਾਰ? ਦੁੱਧ ਮਾਲਕਾਂ ਨੇ ਜਦੋਂ ਦੱਸਿਆ 17 ਕਿਲੋ ਮਾਲਕਣ 'ਚ ਹੋਇਆ, ਦੂਜੇ ਸੂਏ ਦਾ। ਦੂਜੇ ਸੂਏ? ਹਾਂਜੀ। ਪਿਛਲੇ ਸੂਏ ਦੀ ਤੁਸੀਂ ਦੱਸਦੇ ਸੀ ਵੀ ਇਹਦੀ ਵੀਡੀਓ ਹੈਗੀ ਆਪਣੇ ਕੋਲ? ਆਪਣੇ ਕੋਲ ਤਿਆਰ ਹੋਈ ਹੈਗੀ, ਮਿਲ ਜਾਏਗੀ ਜੀ। ਠੀਕ ਹੈ, ਕੀ ਡਿਮਾਂਡ ਰਹਿੰਦੀ? ਡਿਮਾਂਡ ਇਹਦੀ ਫੋਤੇ ਕਰ ਲਾਂਗੇ ਜੀ। ਠੀਕ ਹੈ, ਖੋਲ ਲਈ। ਦੋਸਤੋ, ਬਹੁਤ ਵੱਡੇ ਢਾਂਚੇ ਦੀ ਮੱਝ ਹੈ, ਸਟਰਕਚਰ ਫੁੱਲ ਖੁੱਲ੍ਹਾ ਡੁੱਲਾ, ਹਵਾਨਾ ਤੁਹਾਨੂੰ ਨੇੜੇ ਤੋਂ ਵੀ ਦਿਖਾਊਂਗਾ। ਢਾਂਚੇ ਦੀ ਚੜਾਈ ਜਿਹੜੀ ਉਹ ਵੀ ਦੇਖਣ ਵਾਲੀ ਹੈ, ਆ ਕੇ ਜ਼ਰੂਰ ਦੇਖਿਓ। ਚੰਗੀ ਬੂਰੀ ਖਰੀਦਣ ਦੇ ਚਾਹਵਾਨ ਹੈਗੇ ਆ ਤਾਂ ਇਹ ਮੱਝ ਵੱਡੇ ਢਾਂਚੇ ਦੀ ਹੈ। ਪਿਛਲੇ ਸੂਏ ਦੀ ਵੀਡੀਓ ਮੈਂ ਨਹੀਂ ਦੇਖੀ, ਪਰ ਬਾਈ ਹੋਰਾਂ ਕੋਲ ਹੈਗੀ ਆ, ਉਹ ਤੁਸੀਂ ਦੇਖ ਲਓਗੇ। ਬਹੁਤ ਤਿਆਰ ਹੁੰਦੀ ਹੈ ਬਾਈ, ਕਹਿੰਦਾ ਵੀ ਹਵਾਨਾ, ਵੈਸੇ ਵੀ ਜੇ ਆਪਾਂ ਗੱਲ ਕਰੀਏ 1 ਹਫ਼ਤਾ ਬਾਕੀ ਦੇ ਹਿਸਾਬ 'ਤੇ, ਤਾਂ ਅੱਜ ਵੀ ਹਵਾਨਾ ਚੰਗਾ। ਖਾਸ ਗੱਲ ਆ ਵੀ ਹਵਾਨਾ ਚੌੜਾ ਹੈ ਮੁੱਢ ਦੇ ਵਿੱਚੋਂ। ਇੱਧਰ ਹੀ ਵਾਪਸ ਲੈ ਜੀ। ਸਾਰੀ ਜਿਹੜੀ ਚਮੜੀ ਹੈ ਦੋਸਤੋ, ਸਕਿਨ ਹੈ, ਉਹਦੇ 'ਤੇ ਨਾੜਾਂ ਬਰੀਕ ਬਰੀਕ, ਤੁਹਾਨੂੰ ਨੇੜੇ ਆਉਂਗੇ ਤਾਂ ਸਾਰੀਆਂ 'ਤੇ ਉੱਤੇ ਇੱਦਾਂ ਦੀਆਂ ਨਾੜਾਂ ਦਿਸਣਗੀਆਂ। ਉੱਤੋਂ ਸਿੰਗਲ ਹੱਡੀ ਦਿਸਦੀ ਹੈ, ਸੰਭੀ ਸੋਹਣੀ ਹੈ, ਨਾ ਤਾਂ ਬਹੁਤੀ ਮੋਟੀ ਹੈ ਅਤੇ ਨਾ ਇਹ ਲਿੱਸੀ ਮੱਝ ਹੈ, ਜਿੱਦਾਂ ਦਾ ਇੱਕ ਦੁੱਧ ਵਾਲਾ ਪਸ਼ੂ ਸੰਭਾਲਣਾ ਚਾਹੀਦਾ, ਬਾਈ ਹੋਰਾਂ ਨੇ ਬਿਲਕੁਲ ਉੱਦਾਂ ਦੀ ਸੰਭਾਲੀ ਹੈ। ਹਵਾਨਾ ਦੱਸੋ ਹੁਣ ਵੀ ਚੰਗਾ ਹੈ, ਮੁੱਢ ਦੇ ਵਿੱਚੋਂ ਕਾਫੀ ਚੌੜਾ ਅਤੇ ਥਣ ਦਾ ਸਾਈਜ਼ ਤੁਸੀਂ ਇੱਥੋਂ ਦੇਖ ਲਓ। ਸੋ ਰੇਟ ਇਹਦਾ ਫੋਨ ਦੇ ਉੱਤੇ ਹੈ, ਕਿਉਂਕਿ ਚੰਗੀ ਕੀਮਤ ਦੀ ਮੱਝ ਹੈ। ਜਿਹੜਾ ਵੀਰ ਖਰੀਦਣਾ ਚਾਹੇ ਤਾਂ ਬਹੁਤ ਸੋਹਣੀ ਇੱਕ ਵੱਡੇ ਢਾਂਚੇ ਦੀ ਬੂਰੀ ਤੁਹਾਨੂੰ ਦਿਖਾ ਰਿਹਾ। ਗੇਟ ਵੱਲ ਨੂੰ ਲੈ ਜੀ ਹਰਮਨ। ਸੋ ਦੇਖੋ ਤੁਸੀਂ ਇਹਦਾ ਥਣ ਅਤੇ ਹਵਾਨਾ, ਵੀਡੀਓ 'ਚੋਂ ਜੱਜਮੈਂਟ ਹੁੰਦੀ ਹੋਣੀ ਹੈ ਕਲੀਅਰ ਤੁਹਾਨੂੰ, ਕਿਉਂਕਿ ਦੁਪਹਿਰ ਦੇ ਟਾਈਮ 'ਤੇ ਵੀਡੀਓ ਜਿਹੜੀ ਸ਼ੂਟ ਕਰ ਰਹੇ ਹਾਂ ਆਪਾਂ। ਲਿਆ ਬਾਈ, ਘੱਟ ਹੀ ਨਿਕਲਦੀਆਂ ਦੋਸਤੋ ਬੂਰੀਆਂ ਮੱਝਾਂ, ਅਤੇ ਬੂਰੀਆਂ ਦੇ ਗਾਹਕ ਵੀ ਵੱਖਰੇ ਰਹਿੰਦੇ ਆ, ਅਤੇ ਬੂਰੀਆਂ ਦੇ ਵਿੱਚੋਂ ਵੀ ਸਾਫ਼ ਸੁਥਰੀ ਬੂਰੀ ਤੁਹਾਨੂੰ ਦਿਖਾ ਰਹੇ ਹਾਂ। ਲੈ ਚੱਲ ਬੰਦ ਬਾਈ। ਸੋ ਇਹ ਦੱਸੋ, ਪਹਿਲੇ ਨੰਬਰ ਦੇ ਉੱਤੇ ਆਪਾਂ ਸ਼ੁਰੂਆਤ ਬੂਰੀ ਮੱਝ ਤੋਂ ਹੀ ਕਰਨੀ ਸੀ ਵੀਡੀਓ ਦੀ।
ਕਿਉਂਕਿ ਬਹੁਤ ਚੰਗੀ ਬੂਰੀ ਮੱਝ ਹੈ ਇਸ ਟਾਈਮ ਜਿਹੜੀ ਸਾਹਮਣੇ ਦਿਸਦੀ ਹੈ। ਦੁੱਧ ਤੁਸੀਂ ਕਿੰਨਾ ਚੋਲੋਂਗੇ ਤੁਹਾਡੀ ਸਮਝ ਹੈ। ਮੈਨੂੰ ਇਹਦਾ ਢਾਂਚਾ ਚੰਗਾ ਲੱਗਾ, ਮੈਨੂੰ ਥਣ ਹਵਾਨਾ ਸੋਹਣਾ ਲੱਗਾ, ਤਾਂ ਮੈਂ ਉਹਦੇ ਕਰਕੇ ਕਹਿ ਰਿਹਾ ਵੀ ਅੱਗੇ ਬਹੁਤ ਸੋਹਣੀ ਬੂਰੀ ਮੱਝ ਹੈ। ਦੁੱਧ ਤੁਸੀਂ ਕਿੰਨਾ ਚੋਲੋਂਗੇ ਤੁਹਾਡੀ ਸਮਝ ਕੰਮ ਕਰੂਗੀ। ਬਾਈ ਪੂਛ ਫੜੀਆਂ ਦੀ ਹਰਮਨ ਵੀਡੀਓ ਵੀ ਮਿਲ ਜਾਏਗੀ ਪਿਛਲੇ ਸਵੇਰ ਦੀ, ਅਤੇ ਬੱਚਾ ਵੀ ਦਿਖਾ ਦਾਂਗੇ। ਅੱਛਾ, ਹੈਗੀ ਪਿਛਲੇ ਸਵੇਰ ਦੀ, ਉਹ ਵੀ ਦਿਖਾ ਦਾਂਗੇ। ਠੀਕ, ਸੋ ਵੀਡੀਓ ਦੱਸੋ ਬਾਈ, ਕਹਿੰਦਾ ਵੀ ਮਿਲ ਜੂਗੀ ਤੁਹਾਨੂੰ ਪਿਛਲੇ ਸੂਏ ਦੀ, ਇਹਦੇ ਦੀ ਹਵਾਨਾ ਦੇਖੋ ਕਰਮਾਲੀ ਦਾ, ਬਹੁਤ ਸੋਹਣਾ ਹਵਾਨਾ, ਥਣ ਵੀ ਮੋਟਾ ਲੱਗਾ। ਸੋ ਇਹਦਾ ਰੁੱਖ ਆ ਦੋਸਤੋ ਹਵਾਨੇ ਦਾ। ਹਰਮਨ ਪਰਾਂ ਨੂੰ ਹੱਕ ਦੇ ਬਾਈ, ਇੱਧਰ ਨੂੰ ਹੱਕ ਦੇ ਮੈਡੀ। ਸੋ ਹੁਣ ਫਿਰ ਹਵਾਨਾ ਤੁਸੀਂ ਦੇਖੋ, ਛੱਡ ਦੇ ਬਾਈ। ਸੋ ਇਹ ਦੱਸੋ ਬੂਰੀ ਪਹਿਲੇ ਨੰਬਰ 'ਤੇ। ਇਹ ਤੋਂ ਅੱਗੇ ਤੁਹਾਨੂੰ ਇੱਕ ਗਾਂ ਦਿਖਾਉਣੀ ਹੈ। ਹਰਮਨ ਕਿੰਨਵਾਂ ਸੂਆ ਸੁਣਦੀ ਬਾਈ? ਦੂਜਾ ਸੂਆ ਸੁਣਦੀ। ਕਿੰਨੇ ਦਿਨ ਲਊਗੀ? ਦਿਨ ਤਾਂ ਇੱਕ ਹਫ਼ਤਾ ਇਹਦਾ ਬਾਕੀ ਹੈ, 7 ਤੋਂ 8 ਦਿਨ ਬਾਕੀ ਹੈ ਜੀ। ਕੀ ਰੇਟ ਰਹੇਗੀ? ਰੇਟ ਇਹਦਾ ਫੋਨ 'ਤੇ ਕਰ ਲਾਂਗੇ ਜੀ, ਇਹਦਾ ਫੋਨ 'ਤੇ। ਹਾਂਜੀ, ਬਾਕੀ ਐਂ ਗਰਮੀ ਹੈ ਜੀ, ਕਈ ਵਾਰ 2-4 ਦਿਨ ਪਸ਼ੂ ਪਹਿਲਾਂ ਸੂ ਪੈਂਦਾ, 2-4 ਦਿਨ ਉੱਤੇ ਵੀ ਲੈ ਜਾਂਦਾ। ਠੀਕ ਹੈ, ਖੋਲ। ਸੋ ਦੱਸੋ ਦੂਜਾ ਸੂਆ ਸੁਣਦੀ ਹੈ, ਹਜੇ ਦਿਨ ਲੈਂਦੀ ਹੈ ਸੂਣ 'ਚ, ਪਰ ਜਿਹੜੀ ਮੇਨ ਗੱਲ ਹੈ ਵੀ ਗਰਮੀ ਹੈ, ਉਹਦੇ ਕਰਕੇ ਅੱਗਾ ਪਿੱਛਾ ਹੋ ਜਾਂਦਾ। ਵੱਡੇ ਢਾਂਚੇ ਦੀ ਹੈ, ਥਣ ਹੱਥੀਂ ਚਵਾਈ ਵਾਲਾ, ਬਰੀਡ ਕੁਆਲਿਟੀ ਤੁਸੀਂ ਇਹਦੀ ਦੇਖ ਲਓਗੇ, ਉੱਤੋਂ ਸਟਰੇਟ ਦਿਸਦੀ ਹੈ, ਹਵਾਨੇ ਦਾ ਆਕਾਰ ਵੱਡਾ ਪੂਰਾ। ਸੋ ਰੇਟ ਇਹਦਾ ਫੋਨ ਦੇ ਉੱਤੇ ਰਹਿਣਾ, ਲੰਬਾਈ ਗਰਦਨ ਦੀ ਬਹੁਤ ਚੰਗੀ ਦੱਸੋ, ਬਹੁਤ ਲੰਬੀ ਗਰਦਨ, ਹਵਾਨਾ ਵੀ ਚੰਗਾ ਭਰਿਆ ਵਿਆ, ਹਾਲਾਂਕਿ ਹਜੇ ਦਿਨ ਹਫ਼ਤੇ ਵਾਂਗੂ ਪਿਆ, ਪਹਿਲਾਂ ਵੀ ਸੂਪੇ ਤਾਂ ਵੀ ਐਂ ਨਹੀਂ ਹੈ ਵੀ ਹਵਾਨਾ ਕੋਈ ਘੱਟ ਹੈ, ਕਿਉਂਕਿ ਵੱਡੀ ਗਾਂ ਦਾ ਹਵਾਨਾ ਦੇਖ ਰਹੇ ਤੁਸੀਂ, ਛੋਟੀ ਗਾਂ ਨਹੀਂ ਹੈ ਇਹ। ਨਵਾਂ ਹਾਣ ਹੈ ਦੱਸੋ, ਉਹਦੇ ਕਰਕੇ ਥੋੜ੍ਹਾ ਬਹੁਤਾ ਤੇਜ਼ੀ ਨਾਲ ਪਸ਼ੂ ਤੁਰਦਾ। ਵੇਖੋ ਇਹਦਾ ਵਜ਼ਨ, ਲੰਬਾਈ ਲੰਬੂਈ ਗਰਦਨ ਦੀ ਦੱਸੋ, ਬਹੁਤ ਸੋਹਣੀ ਹੈ, ਖੜਮੀ ਜਿਹੜਾ ਖੜਦੀ ਹੈ ਉਹ ਵੀ ਸੋਹਣਾ ਸਟਰਕਚਰ ਹੈ। ਲੈ ਚੱਲ ਹਰਮਨ, ਹੱਥੀਂ ਚਵਾਈ ਵਾਲਾ ਮੋਟਾ ਪੂਰਾ ਥਣ ਹੈ ਇਹਦਾ, ਜਿਹੜਾ ਥਣ ਦਾ ਸਾਈਜ਼ ਹੈ, ਬਾਕੀ ਹਵਾਨਾ ਤੁਸੀਂ ਦੇਖ ਹੀ ਸਕਦੇ ਹੋ, ਬੰਦ ਹੈ ਹਰਮਨ। ਸੋ ਇਹ 2 ਨੰਬਰ ਦੇ ਉੱਤੇ ਤੁਹਾਨੂੰ ਵੈੜ ਦਿਖਾ ਰਹੇ ਸੀ, ਇਦੋਂ ਅਗਲੇ ਦੋਨੇ ਨਾਗ ਹੈ ਜਿਹੜੇ, ਇਹਨਾਂ ਦੇ ਰੇਟ ਆਸ ਹੈ ਵੀ ਵੀਡੀਓ ਦੇ ਵਿੱਚ ਹੀ ਹੋਣਗੇ, ਬਾਕੀ ਆਪਾਂ ਬਾਈ ਤੋਂ ਜਾਣਕਾਰੀ ਲੈਂਦੇ ਹਾਂ। ਗਾਂ ਦਿਖਾਉਣੇ ਆ ਤੁਹਾਨੂੰ, ਥੋੜ੍ਹਾ ਕ੍ਰੋਸ ਅੰਗ ਗਾਂ, ਗਰਮੀ ਦੀ ਰੁੱਤ ਵਾਲੀ, ਘਰ ਦੁੱਧ ਚੋਣ ਵਾਸਤੇ, ਹਵਾਨਾ ਚੰਗਾ ਤਿਆਰ ਕਰੂਗੀ। ਹਰਮਨ ਕਹਿਣਾ ਸੂਆ ਸੂਗੀ ਬਾਈ? ਸੂਆ ਮਾਲਕਾਂ ਨੇ ਆਪਾਂ ਦੱਸਿਆ ਦੂਜਾ ਹੀ, ਆਪਾਂ ਤੀਜਾ ਕਹਿ ਕੇ ਦੇਵਾਂਗੇ। ਠੀਕ ਹੈ, ਕਿੰਨੇ ਦਿਨ ਲੈ ਜੂਗੀ? ਦਿਨਾਂ ਦਾ ਹੀ 5 ਤੋਂ 7 ਦਿਨ ਦੇ ਬਾਕੀ ਹੈ। ਕੀ ਰੇਟ ਰਹਿਣਾ ਇਹਦਾ? ਰੇਟ ਇਹਦਾ ਮੁੱਲ 65,000 ਰੁਪਇਆ ਕਰਕੇ ਤੋਰ। 65,000 ਦੱਸੋ ਡਿਮਾਂਡ ਹੈ, ਹਫ਼ਤਾ ਪਿਆ, ਪੂਰਾ ਕੋਈ ਨੁਮਾਇਆ ਨਹੀਂ ਬਹੁਤਾ, ਹਫ਼ਤਾ ਲੈ ਸਕਦੀ ਹੈ, ਬਾਕੀ ਗਰਮੀ ਦੀ ਰੁੱਤ ਹੈ, ਇਹ ਗੱਲ ਤਾਂ ਕਹੀ ਜਾਂਦੀ ਹੈ ਵੀ ਕਈ ਵਾਰ ਤੁਹਾਨੂੰ ਲੱਗੇ ਹਫ਼ਤਾ ਕਹਿਤਾ ਇਹ 2-4 ਦਿਨਾਂ 'ਚ ਸੂਪੀ, ਕਈ ਵਾਰ ਪਸ਼ੂ ਇੱਧਰ ਉੱਧਰ ਅੱਗਾ ਪਿੱਛਾ ਕਰ ਜਾਂਦਾ। ਥਣ ਹੱਥੀਂ ਚਵਾਈ ਵਾਲਾ, 65,000 ਡਿਮਾਂਡ ਹੈ, ਥੱਲਿਓਂ ਬੜੀ ਸਾਫ਼ ਸੁਥਰੀ ਆ, ਬੱਚੇ ਜਰਸੀ ਨਸਲ ਦੇ ਟੌਪ ਦੇ ਪਾਊਗੀ, ਆਪ ਇਹ ਕ੍ਰੋਸ ਬਰੀਡ ਹੈ। ਦੇਖੋ ਇਹਦਾ ਤੁਸੀਂ ਢਾਂਚਾ, ਦਰਮਿਆਨਾ ਜਿਹਾ ਕੱਦ ਦਾ ਦੱਸੋ, ਅਤੇ ਹਵਾਨਾ ਜਰਸੀ ਗਾਂ ਵਾਂਗੂ ਹੈ, 400 ਹਵਾਨਾ ਬੰਦੇ ਬਈ। ਸੋ ਇਹਦਾ ਰੇਟ 65,000 ਹੈ। ਲਾਸਟ ਉੱਤੇ ਤੁਹਾਨੂੰ ਦਿਖਾਉਣੇ ਆ ਇੱਕ ਹੀਫਰ, ਬੜੀ ਸੋਹਣੀ। ਹਰਮਨ ਜਿਹੜੀ ਇਹ ਵੱਛੀ ਵੇਚਣ ਲੱਗੇ ਹੋ, ਹਾਂਜੀ, ਖਰੀਦੀ ਨੂੰ ਤਾਂ ਕਾਫੀ ਟਾਈਮ ਨਹੀਂ ਹੋ ਗਿਆ ਇਹਨੂੰ? ਹਾਂਜੀ, ਖਰੀਦੀ ਨੂੰ ਕਾਫੀ ਟਾਈਮ ਹੋ ਗਿਆ ਜੀ, ਤੇ ਲੈਂਦੀ ਤਾਂ ਆਪਾਂ ਘਰੇ ਰੱਖਣ ਨੂੰ ਸੀਗੀ ਤਿਆਰ ਕਰਨ ਵਾਸਤੇ ਜੀ। ਹੁਣ ਗਰਮੀ ਹੈ ਤੇ ਗਰਮੀ ਕਰਕੇ ਦਿੱਕਤ ਬਹੁਤ ਆਉਂਦੀ, ਕਿਉਂਕਿ ਪਸ਼ੂ ਕੱਢਣ ਆ ਜਾਂਦਾ, ਸੋਇਆ ਆ ਜਾਂਦਾ। ਅੱਛਾ, ਫਿਰ ਗਰਮੀ ਕਰਕੇ ਥੋੜੀ ਦਿੱਕਤ ਆ ਜਾਂਦੀ ਜਗ੍ਹਾ, ਬੰਨਣ ਦੀ ਦਿੱਕਤ। ਹਾਂਜੀ, ਬੰਨਣ ਦੀ ਦਿੱਕਤ ਆ ਜੀ। ਕਿੰਨੀ ਕੁ ਉਮਰ ਉਹ ਦੰਦੋ? ਉਮਰ ਦੰਦੋ ਕੀਰੀ ਆ ਜੀ, 10 ਮਹੀਨੇ ਉਮਰੇ ਦੰਦ ਕੱਟ ਕੇ ਦਿਖਾ ਦਿੰਦੇ ਦੰਦੋ ਖੀਰੀ ਆ। ਹਾਂ, ਦੰਦੋ ਖੀਰੀ ਰਿਕਾਰਡ ਹੈ ਤਾਂ ਆਪਾਂ ਨੂੰ ਸਾਰਾ ਮਿਲ ਜਾਏਗਾ ਜੀ। ਕੀ ਰੇਟ ਰਹੂਗਾ ਇਹਦਾ? ਕਿੰਨੇ ਰੇਟ? ਇਹਦਾ ਮੁੱਲ 45,000 ਰੁਪਏ ਦਾ।
ਠੀਕ ਹੈ ਖੋਲੀ ਨੂੰ। ਸੋ ਦੋਸਤੋ ਰੇਟ 45,000 ਹੈ, ਮਾਨ ਤਨ ਵਿੱਚੋਂ ਹੋ ਜੂਗਾ। ਦੰਦੋਂ ਖੀਰੀ ਹੈ, ਪਹਿਲਾਂ ਵਾਲੀਆਂ ਵੀਡੀਓ ਸ਼ਾਇਦ ਜੇ ਕੋਈ ਵੀਰ ਦੇ ਧਿਆਨ 'ਚ ਆ ਜੇ ਹੋ ਸਕਦਾ ਵੀ ਉਹਨਾਂ 'ਚ ਆ ਗਈ ਹੋਵੇ, ਕਿਉਂਕਿ ਘਰ ਰੱਖਣ ਨੂੰ ਵੀਰ ਨੇ ਖਰੀਦੀ ਸੀ, ਪਰ ਗਰਮੀ ਜ਼ਿਆਦਾ ਜੋ ਪਸ਼ੂ ਸੂਇਆ ਆ ਜੇ ਤਾਂ ਫਿਰ ਅੰਦਰ ਬੰਨਣ ਦੀ ਦਿੱਕਤ ਆਉਂਦੀ ਹੈ। ਤੁਹਾਨੂੰ ਹੁਣ ਵੀ ਦਿਖਾਊਂਗਾ ਇੱਕ ਗਾਂ ਨੂੰ ਪਾਸੇ ਕਰਨਾ ਪਿਆ, ਕਿਉਂਕਿ ਗੱਭਣ ਪਸ਼ੂ ਤੰਗ ਜਗ੍ਹਾ 'ਚ ਬਹਿਣਾ ਉਹਨੂੰ ਔਖਾ ਹੋ ਜਾਂਦਾ। ਸੋ ਇਹ ਵੀਰ ਨੇ ਵਿਕਾਊ ਕਰਤੀ ਹੈ, ਕਨਫਰਮ ਹੈ ਖੀਰੀ, ਦੱਸੋ ਲੈ ਚੱਲ। ਸੋ ਇਹ ਖੀਰੀ ਵੱਛੀ 45,000 ਦਾ ਰੇਟ ਹੈ, ਸੋਹਣੇ ਢਾਂਚੇ ਦੀ ਹੈ, ਥਣ 'ਚ ਆ ਰਹੀ ਹੈ, ਸ਼ੌਂਕ ਨਾਲ ਘਰ ਰੱਖਣ ਨੂੰ ਖਰੀਦੀ ਸੀ। ਰਿਕਾਰਡ ਬਾਈ ਕਹਿੰਦਾ ਸਾਰਾ ਦੇ ਦੂੰਗਾ। ਸੋ ਵਾਈਟ ਰੰਗ ਦੀ ਵੱਛੀ ਹੈ ਦੱਸੋ ਜਿਹਨੂੰ ਪਸੰਦ ਆਵੇ। ਸੋ ਢਾਂਚਾ ਫਿਰ ਤੁਸੀਂ ਇਹਦਾ ਦੇਖ ਸਕਦੇ ਹੋ। ਸੋ ਇਹ ਦੋਸਤੋ ਅੱਜ ਦੀ ਵੀਡੀਓ ਦੇ 4 ਨਾਗ ਵਿਕਰੀ ਵਾਲੇ ਸੀ, ਥਣ 'ਚ ਆ ਰਹੀ ਹੈ ਦੱਸੋ। ਬਾਕੀ ਇਹ ਤਾਂ ਮੈਂ ਪਹਿਲਾਂ ਹੀ ਦੱਸਿਆ ਵੀ ਸ਼ੌਂਕ ਨਾਲ ਖਰੀਦੀ ਸੀ ਤਾਂ ਬੰਦਾ ਘਰ ਰੱਖਣ ਵਾਲੀ ਚੀਜ਼ ਤਾਂ ਰੀਜਨਲ ਹੀ ਖਰੀਦਦਾ। ਅਤੇ ਇਹ ਦੱਸੋ ਕੁਛ ਨਾਗ ਹੋਰ ਸੀਗੇ, ਟੋਟਲ 4 ਨਾਗ ਇਸ ਵੀਡੀਓ ਦੇ। ਤੁਸੀਂ ਜਿਹੜਾ ਮਰਜ਼ੀ ਪਸ਼ੂ ਖਰੀਦ ਲਿਓ, ਉਹਦੀ ਤਸੱਲੀ ਤੁਸੀਂ ਕਰੋਗੇ। ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ, ਕਾਲ ਇਸ ਨੰਬਰ 'ਤੇ ਕਰ ਲਿਓ। ਧੰਨਵਾਦ।